ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਰੱਦ। ਕੋਰਟ ਨੇ ਕਿਹਾ ਈਡੀ ਕੋਲ ਕੇਜਰੀਵਾਲ ਖਿਲਾਫ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਸੀ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਬੋਲੀ ਆਮ ਆਦਮੀ ਪਾਰਟੀ, ਬੀਜੇਪੀ ਨੇ ਸਾਡੇ ਖਿਲਾਫ ਰਚੀ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼, ਪਾਰਟੀ ਨੂੰ ਖਤਮ ਕਰਨ ਦੀ ਹੋ ਰਹੀ ਕੋਸ਼ਿਸ਼, ਸੁਪਰੀਮ ਕੋਰਟ 'ਚ ਦਿੱਤੀ ਜਾਏਗੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ। ਮੁੱਖ ਮੰਤਰੀ ਮਾਨ ਦੀ ਰਿਹਾਇਸ਼ 'ਤੇ ਹੋਈ ਆਪ ਦੀ ਅਹਿਮ ਮੀਟਿੰਗ, ਸੰਜੇ ਸਿੰਘ ਅਤੇ ਸੰਦੀਪ ਪਾਠਕ ਵੀ ਰਹੇ ਮੌਜੂਦ। ਸੀਐਮ ਨੇ ਪਾਰਟੀ ਵਿਧਾਇਕਾਂ ਅਹੁਦੇਦਾਰਾਂ ਨੂੰ ਦਿੱਤਾ 13-0 ਦਾ ਮੰਤਰ। ਨਿਊਜ਼ 18 ਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਦਾ ਬਿਆਨ, ਕਿਹਾ ਮੈਂ ਨਹੀਂ ਮੇਰਾ ਬੇਟਾ ਇੰਦਰ ਪ੍ਰਤਾਪ ਲੜੇਗਾ ਲੋਕ ਸਭਾ ਚੋਣ। ਰਾਜਾ ਵੜਿੰਗ ਨੇ ਕਿਹਾ ਰਾਣਾ ਇੰਦਰ ਪ੍ਰਤਾਪ ਵੀ ਕਾਂਗਰਸ ਤੋਂ ਬਾਹਰ। ਪੰਜਾਬ ਕਾਂਗਰਸ ਨੇ ਆਪਣੇ ਮੈਨੀਫੈਸਟੋ ਨੂੰ ਦੱਸਿਆ ਸਭ ਲਈ ਨਿਆਂ ਦੀ ਗਾਰੰਟੀ, ਵੜਿੰਗ ਬੋਲੇ ਪੰਜਾਬ ਲਈ ਖਾਸ ਹੈ ਕਾਂਗਰਸ ਦਾ ਚੋਣ ਮੈਨੀਫੈਸਟੋ। ਚੌਧਰੀ ਬਰਿੰਦਰ ਦੀ ਹੋਈ ਘਰ ਵਾਪਸੀ, ਬੀਜੇਪੀ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਲ, ਪਤਨੀ ਪ੍ਰੇਮ ਲਤਾ ਨੇ ਵੀ ਫੜਿਆ ਪਾਰਟੀ ਦਾ ਪੱਲਾ। ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਕੀਤੀ ਅਕਾਲੀ ਦਲ ਦੀ ਸ਼ਿਕਾਇਤ, ਚੋਣ ਜ਼ਾਬਤੇ ਦੀ ਉਲੰਘਣਾ ਦੇ ਲਾਏ ਇਲਜ਼ਾਮ, ਕਿਹਾ ਸੁਖਬੀਰ ਬਾਦਲ ਨੇ ਬੱਚਿਆਂ ਤੋਂ ਕਰਵਾਈ ਕੈਂਪੇਨ। ਅਕਾਲੀ ਦਲ ਦਾ ਜਵਾਬ, ਹੁਣ ਬੱਚਿਆਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਆਪ। ਰਾਜਪੁਰਾ 'ਚ ਸਿਨੇਮੇ ਦੇ ਮਾਲਕ ਤੇ ਮੈਨੇਜਰ ਖਿਲਾਫ਼ ਪਰਚਾ, ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ, ਫਿਲਮ ਦੌਰਾਨ ਚਲਾਇਆ ਸੀ ਸਰਕਾਰੀ ਇਸ਼ਤਿਹਾਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਨਾਸਾਜ਼, ਵਿਕਰਮ ਮਜੀਠੀਆ ਨੇ ਸੰਭਾਲੀ ਪੰਜਾਬ ਬਚਾਓ ਯਾਤਰਾ ਦੀ ਕਮਾਨ, ਪਰ ਕੱਲ੍ਹ ਫਿਰ ਤੋਂ ਸੁਖਬੀਰ ਬਾਦਲ ਕਰਨਗੇ ਯਾਤਰਾ ਦੀ ਅਗਵਾਈ। ਪ੍ਰਚਾਰ ਕਰਨ ਆਏ ਬੀਜੇਪੀ ਆਗੂਆਂ ਨੂੰ ਕਿਸਾਨ ਕਰਨਗੇ ਸਵਾਲ, ਸੰਯੁਕਤ ਕਿਸਾਨ ਮੋਰਚੇ ਨੇ 11 ਸਵਾਲਾਂ ਦੀ ਸੂਚੀ ਕੀਤੀ ਜਾਰੀ। ਲਿਸਟ 'ਚ ਕਿਸਾਨ ਅੰਦੋਲਨ 'ਚ ਪੁਲਿਸ ਕਾਰਵਾਈ ਤੋਂ ਲੈ ਕੇ ਖੇਤੀ ਨਾਲ ਜੁੜੇ ਤਮਾਮ ਮੁੱਦੇ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ, 7 ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਹਾਈ ਕੋਰਟ ਦੇ ਇੱਕ ਵੱਡੇ ਫੈਸਲੇ ਤੋਂ। ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਈਡੀ ਦੇ ਐਕਸ਼ਨ ਨੂੰ ਕਾਨੂੰਨ ਦੇ ਮੁਤਾਬਕ ਦੱਸਿਆ। ਤਾਂ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ਼ ਸੁਪਰੀਮ ਕੋਰਟ ਜਾਣ ਦੀ ਗੱਲ। ਆਖਿਰ ਕੇਜਰੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦਾ ਫੈਸਲਾ ਆਇਆ। ਕੋਰਟ ਨੇ ਕੇਜਰੀਵਾਲ ਨੂੰ ਕੋਈ ਵੀ ਰਾਹਤ ਨਾ ਦਿੰਦੇ ਹੋਏ ਪਟੀਸ਼ਨ ਹੀ ਰੱਦ ਕਰ ਦਿੱਤੀ ਤੇ ਗ੍ਰਿਫਤਾਰੀ ਨੂੰ ਕਾਨੂੰਨ ਦੇ ਤਹਿਤ ਦੱਸਿਆ। ਉੱਥੇ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੀਆਂ ਵੱਡੀਆਂ ਟਿੱਪਣੀਆਂ ਵੀ ਕੀਤੀਆਂ ਨੇ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਈਡੀ ਮੁਤਾਬਕ ਕੇਜਰੀਵਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ। ਈਡੀ ਕੋਲ ਕੇਜਰੀਵਾਲ ਦੇ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਸਬੂਤ ਨੇ। ਨਿੱਜੀ ਤੇ ਪਾਰਟੀ ਕਨਵੀਨਰ ਦੇ ਤੌਰ ਤੇ ਸ਼ਾਮਲ ਹੋਣ ਦੇ ਸਬੂਤ ਨੇ। ਪੀਐਮਐਲਏ ਦੀ ਧਾਰਾ 70 ਦਾ ਕੇਸ ਬਣਦਾ ਹੈ। ਗਵਾਹ ਦੇ ਬਿਆਨ ਤੇ ਸਵਾਲ ਕਰਨਾ ਠੀਕ ਨਹੀਂ। ਮੁੱਖ ਮੰਤਰੀ ਤੇ ਆਮ ਨਾਗਰਿਕ ਲਈ ਵੱਖਰਾ ਕਾਨੂੰਨ ਨਹੀਂ ਹੈ। ਗ੍ਰਿਫਤਾਰੀ ਚੋਣਾਂ ਦੇ ਨਹੀਂ, ਕਾਨੂੰਨੀ ਨਜ਼ਰੀਏ ਤੋਂ ਪਰਖੀ ਜਾਵੇਗੀ। ਫੈਸਲਾ ਸਿਆਸਤ ਦੇ ਮੁਤਾਬਿਕ ਨਹੀਂ, ਕਾਨੂੰਨ ਦੇ ਮੁਤਾਬਿਕ ਹੁੰਦਾ ਹੈ। ਇਹ ਮਾਮਲਾ ਕੇਂਦਰ ਤੇ ਕੇਜਰੀਵਾਲ ਦੇ ਵਿਚਾਲੇ ਨਹੀਂ, ਇਹ ਮਾਮਲਾ ਈਡੀ ਤੇ ਕੇਜਰੀਵਾਲ ਦੇ ਵਿਚਾਲੇ ਹੈ। ਸਟੇਟਮੈਂਟ ਐਗਜ਼ਾਮ ਕੀਆ, ਪਿਓਰਲੀ ਲੀਗਲ ਜਜਮੈਂਟ, ਐਬਸੋਲੂਟ ਲੀਗਲ, ਨਥਿੰਗ ਪੋਲੀਟੀਕਲ, ਵੈਰੀ ਵੈਲ ਰਿਟਨ ਜਜਮੈਂਟ। ਕੋਰਟ ਨੇ ਕਿਹਾ ਕਿ ਇੱਕ ਆਦਮੀ ਕੋ ਅਗਰ ਅਪਰੂਵਰ ਬਣਾਨਾ ਯਾ ਨਹੀਂ ਬਣਾਨਾ ਵੋ ਕੋਰਟ ਕਾ ਕਾਰਯ ਹੈ, ਵੋ ਕੋਰਟ ਕਾ ਕਾਰਯ ਹੈ, ਈਡੀ ਕਾ ਕਾਰਯ ਨਹੀਂ। ਗ੍ਰਿਫਤਾਰੀ ਕੋ ਲੇਕਰ ਵੀ ਕਮੈਂਟ ਕੀਆ ਹੈ, ਗ੍ਰਿਫਤਾਰੀ ਜੋ ਹੈ ਵੋ ਬਰਾਬਰ ਥੀ,
ਗ੍ਰਿਫਤਾਰੀ ਮੇਂ ਕੋਈ ਗਲਤੀ ਨਹੀਂ ਹੋਈ, ਇਹ ਵੀ ਕੋਰਟ ਨੇ ਕਿਹਾ। ਤਾਂ ਹੁਣ ਆਪਨੇ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਫੈਸਲਾ ਲਿਆ, ਤਾਂ ਬੀਜੇਪੀ ਨੇ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਮੁੜ ਆਪ ਨੂੰ ਨਿਸ਼ਾਨੇ ਤੇ ਲਿਆ। ਇਹ ਪੂਰਾ ਕਾ ਪੂਰਾ ਮਾਮਲਾ ਇੱਕ ਗਹਿਰੀ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਅਰਵਿੰਦ ਕੇਜਰੀਵਾਲ ਜੀ ਕੇ ਖਿਲਾਫ ਬਣਾਇਆ ਗਿਆ ਹੈ, ਔਰ ਜੋ ਬਿਆਨ ਕੇਜਰੀਵਾਲ ਜੀ ਕੇ ਪੱਖ ਮੇਂ ਥੇ ਵੋ ਬਿਆਨ ਈਡੀ ਨੇ ਜਾਨ ਬੁੱਝ ਕਰ ਭਾਰਤੀ ਜਨਤਾ ਪਾਰਟੀ ਔਰ ਸਰਕਾਰ ਕੇ ਇਸ਼ਾਰੇ ਪਰ ਰਾਜਨੀਤਿਕ ਸਾਜ਼ਿਸ਼ ਕੇ ਤਹਿਤ ਕੋਰਟ ਕੇ ਸਾਹਮਣੇ ਰੱਖਾ ਹੀ ਨਹੀਂ। ਸਾਰੇ ਕਾਗਜ਼ਾਤ ਕੇ ਇੰਸਪੈਕਸ਼ਨ ਕਰ ਰਹੇ ਹੈ। ਮੁਝੇ ਪੂਰੀ ਉਮੀਦ ਹੈ ਕਿ ਮਾਨੀ ਸਰਵੋੱਚ ਨਿਆਯਾਲੇ ਸੇ ਜਲਦ ਹੀ ਅਰਵਿੰਦ ਕੇਜਰੀਵਾਲ ਜੀ ਕੋ ਨਿਆਏ ਮਿਲੇਗਾ। माननीय उच्च न्यायालय ने श्री केजरीवाल के संदर्भ में जो निर्णय दिया है उससे तथ्यों के कठोर धरातल पर आम आदमी पार्टी का अहंकार चकनाचूर हो गया है। स्वघोषित कट्टर ईमानदार का किरदार धारदार तथ्यों के साथ पूरी तरह तार तार हो गया। दरअसल अरविंद केजरीवाल ने गिरफ्तारी नूं चैलेंज करते दिल्ली हाईकोर्ट का रुख किया। जिक्रयोग है कि 21 मार्च नूं दिल्ली शराब घोटाले दे विच ईडी ने अरविंद केजरीवाल नूं गिरफ्तार किया, जो कि हुण तिहाड़ जेल दे विच बंद ने। दिल्ली तो सुशील पांडे, न्यूज 18 पंजाब। ਉਧਰ ਸੀਐਮ ਦੀ ਰਿਹਾਇਸ਼ ਤੇ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ। ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਹੋਇਆ। ਸੰਜੇ ਸਿੰਘ ਤੇ ਸੰਦੀਪ ਪਾਠਕ ਇਸ ਬੈਠਕ ਦੇ ਵਿੱਚ ਮੌਜੂਦ ਰਹੇ। ਸੋ ਸੀਐਮ ਨੇ ਮੀਟਿੰਗ ਦੇ ਵਿੱਚ 13-0 ਦਾ ਮੰਤਰ ਦਿੱਤਾ। ਇਹ ਗੱਲ ਹਰਪਾਲ ਚੀਮਾ ਵੱਲੋਂ ਕਹੀ ਗਈ। ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਕੰਮ ਲੋਕਾਂ 'ਚ ਲਿਜਾਣ ਦਾ ਫੈਸਲਾ ਹੋਇਆ। ਉਹਨਾਂ ਕਿਹਾ ਕਿ 2 ਸਾਲਾਂ 'ਚ ਸਰਕਾਰ ਨੇ 4 ਗਰੰਟੀਆਂ ਪੂਰੀਆਂ ਕੀਤੀਆਂ ਨੇ। ਸੋ ਅਸੀਂ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ। ਆਮ ਆਦਮੀ ਪਾਰਟੀ ਲੋਕਾਂ ਨੂੰ ਬੀਜੇਪੀ ਦੀਆਂ ਵਧੀਕੀਆਂ ਬਾਰੇ ਦੱਸੇਗੀ, ਜਾਣੂ ਕਰਾਏਗੀ, ਔਰ ਕਿਸ ਤਰੀਕੇ ਨਾਲ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਏਗਾ। 2 ਤਸਵੀਰਾਂ ਅੱਜ ਅਸੀਂ ਦਿਖਾ ਰਹੇ ਹਾਂ। ਸੰਜੇ ਸਿੰਘ ਜਿਸ ਵੇਲੇ ਪਹੁੰਚੇ ਸੀ ਉਸ ਵੇਲੇ ਸੀਐਮ ਮਾਨ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ। ਉਸ ਤੋਂ ਬਾਅਦ ਪਾਰਟੀ ਅਹੁਦੇਦਾਰਾਂ ਅਤੇ ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ। ਆਪਦਾ ਮਿਸ਼ਨ 13-0 ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਨ ਸੰਭਾਲੀ ਹੋਈ ਹੈ। ਸੀਐਮ ਦੀ ਰਿਹਾਇਸ਼ ਤੇ ਆਪ ਦੀ ਅਹਿਮ ਮੀਟਿੰਗ ਹੋਈ। ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਬੈਠਕ 'ਚ ਸੰਜੇ ਸਿੰਘ ਤੇ ਸੰਦੀਪ ਪਾਠਕ ਸਣੇ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਆਪ ਵਿਧਾਇਕ ਤੇ ਉਮੀਦਵਾਰ ਵੀ ਬੈਠਕ ਦੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਘੜੀ ਗਈ ਤੇ ਮੁੱਖ ਮੰਤਰੀ ਨੇ ਮੀਟਿੰਗ ਦੇ ਵਿੱਚ 13-0 ਦਾ ਮੰਤਰ ਦਿੱਤਾ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਦਾ ਰਿਪੋਰਟ ਕਾਰਡ ਲੈ ਕੇ ਜਨਤਾ ਵਿਚਕਾਰ ਜਾਵਾਂਗੇ। ਜਦੋਂ ਚੋਣ ਜਾਬਤਾ ਲੱਗਿਆ ਹੋਇਆ
ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਉਦੋਂ ਇੱਕ ਜਾਲੀ ਫਰਜ਼ੀ ਕੇਸ ਦੀ ਇਨਵੈਸਟੀਗੇਸ਼ਨ ਦੇ ਨਾਂ ਦੇ ਉੱਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਡੱਕਿਆ ਹੋਇਆ। ਕਿਸ ਤਰ੍ਹਾਂ ਹੋਰ ਆਪੋਜੀਸ਼ਨ ਦੀਆਂ ਧਿਰਾਂ ਦੇ ਨੇਤਾਵਾਂ ਦੇ ਉੱਤੇ ਹਰ ਰੋਜ਼ ਈਡੀ ਭੇਜ ਰਹੇ ਨੇਗੇ, ਹਰ ਰੋਜ਼ CBI ਭੇਜ ਰਹੇ ਨੇਗੇ, ਹਰ ਰੋਜ਼ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਭੇਜ ਰਹੇ ਨੇਗੇ। ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ 'ਚ ਲੈ ਕੇ ਜਾਣੀਆਂ ਨੇ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 13-0 ਦੇ ਨਾਲ 13-0 ਦੇ ਨਾਲ ਪੰਜਾਬ ਦੇ ਜਿੱਤ ਪ੍ਰਾਪਤ ਕਰਨੀ ਆ। ਪੰਜਾਬ ਦੇ ਲੋਕ ਜਿਹੜੇ ਨੇਗੇ ਉਹ ਸਾਡਾ ਸਾਥ ਦੇਣਗੇ। ਉਸ ਮੀਟਿੰਗ ਦੇ ਵਿੱਚ ਬੜਾ ਡਿਟੇਲ ਦੇ ਨਾਲ ਇਲੈਕਸ਼ਨ ਜਿਹੜੀ ਆ ਕਿੱਦਾਂ ਲੜਨੀ ਆ, ਕਿੱਦਾਂ ਕੰਪੇਨ ਕਰਨੀ ਆ, ਹਰ ਚੀਜ਼ ਜਿਹੜੀ ਆ ਉਹ ਡਿਸਾਈਡ ਕੀਤੀ ਹੈ। ਔਰ ਇਹ ਤੈਅ ਕੀਤਾ ਕਿ 13-0 ਦਾ ਜਿਹੜਾ ਆਪਾਂ ਨਾਰਾ ਦਿੱਤਾ ਇਹਨੂੰ ਅਮਲੀ ਰੂਪ 'ਤੇ ਲਾਗੂ ਕਰਨਾ। ਪਰ ਕੱਲ੍ਹ ਤੋਂ ਪੂਰਾ ਪੰਜਾਬ, ਪੂਰੀ ਪਾਰਟੀ ਜਿਹੜੀ ਆ ਉਹ ਇਲੈਕਸ਼ਨ ਮੋਡ 'ਚ ਹੋਜੂਗੀ। ਇਲੈਕਸ਼ਨ ਮੈਦਾਨ 'ਚ ਸਾਡੇ ਸਾਰੇ ਬੰਦੇ ਜਿਹੜੇ ਉੱਤਰ ਆਉਣਗੇ। ਸੋ ਇਹ ਤੈਅ ਕਰਕੇ ਆਏ ਕਿ ਅਸੀਂ 13-0 ਦਾ ਰਿਜ਼ਲਟ ਜਿਹੜਾ ਉਹ ਦੇਣਾ। ਸਾਰੀ ਅਗਲੀ ਸਟ੍ਰੈਟਜੀ ਆ ਜਿਹੜੀ ਉਹ ਲਿਖੀ ਗਈ ਆ ਕਿ ਇਲੈਕਸ਼ਨ ਜਿਹੜੀ ਲੜਨੀ ਆ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੈਡਰ ਹੈ ਉਹ ਪਿੰਡ ਪੱਧਰ ਤੱਕ ਪਹੁੰਚਿਆ ਹੋਇਆ। ਸੋ ਪਿੰਡ ਪਿੰਡ ਕਿਵੇਂ ਜਾਣਾ, ਜ਼ਿਲ੍ਹੇ 'ਚ ਕਿਵੇਂ ਕਰਨਾ, ਬੂਥ ਲੈਵਲ 'ਤੇ ਕਿਵੇਂ ਪਹੁੰਚਣਾ, ਉਹ ਸਾਰੀ ਸਟ੍ਰੈਟਜੀ ਆ ਜਿਹੜੀ ਅੱਜ ਸਾਰਿਆਂ ਨੇ ਰਲ ਕੇ ਜਿਹੜੀ ਉੱਥੇ ਡਿਸਕਸ਼ਨ ਕੀਤੀ ਆ। ਜ਼ਿਕਰਯੋਗ ਹੈ ਕਿ ਆਪ ਦੇ ਵੱਲੋਂ ਹੁਣ ਤੱਕ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ, ਜਦਕਿ 4 ਸੀਟਾਂ 'ਤੇ ਪੱਤੇ ਖੁੱਲ੍ਹਣੇ ਬਾਕੀ ਨੇ। ਜਿਸ ਦੇ ਵਿਚਾਲੇ ਮੁੱਖ ਮੰਤਰੀ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਅਤੇ ਬੈਕ ਟੂ ਬੈਕ ਬੈਠਕਾਂ ਦਾ ਦੌਰ ਜਾਰੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਅਤੇ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੀ, ਜਿਸ 'ਤੇ ਅੱਜ ਪੰਜਾਬ ਕਾਂਗਰਸ ਨੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਕਿਹਾ ਕਿ ਨਿਆਂ ਪੱਤਰ ਸਭ ਨੂੰ ਨਿਆਂ ਦੀ ਗਾਰੰਟੀ ਹੈ। ਪੰਜਾਬ ਕਾਂਗਰਸ ਉਹਨਾਂ ਕਿਹਾ ਕਿ ਨਿਆਂ ਪੱਤਰ ਦੇ ਨਾਲ ਹੁਣ ਸਭ ਦੀਆਂ ਸਮੱਸਿਆਵਾਂ ਹੱਲ ਕਰੇਗੀ। ਉਹਨਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਪੰਜਾਬ ਦੇ ਲਈ ਖਾਸ ਹੈ। ਰਾਜਾ ਵੜਿੰਗ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਦਵਿੰਦਰ ਯਾਦਵ ਵੀ ਉਸ ਮੌਕੇ 'ਤੇ ਮੌਜੂਦ ਸਨ ਔਰ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹਰ ਵਰਗ ਨੂੰ ਫਾਇਦਾ ਮਿਲੇਗਾ। ਕਾਂਗਰਸ ਪਾਰਟੀ ਤੁਹਾਡੇ ਲਈ ਆ ਸਾਰੀਆਂ ਜਿਹੜੀਆਂ ਨਿਆਂ ਇਹ ਲੈ ਕੇ ਆਈ ਹੈ ਔਰ ਰਾਹੁਲ ਗਾਂਧੀ ਜੀ ਦੀ ਪਰਸੋਂ ਵੀਡੀਓ ਆਈ ਸੀ, ਇਹ ਜਿਹੜਾ ਡਾਕੂਮੈਂਟ ਹੈ, ਇਹ ਵਿਜ਼ਨ ਡਾਕੂਮੈਂਟ, ਇਹ ਨਿਆਂ ਜਿਹੜਾ ਪੱਤਰ ਹੈ, ਇਹ ਲੋਕਾਂ ਨੂੰ ਪੁੱਛ ਕੇ ਬਣਾਇਆ ਗਿਆ ਹੈ। ਰਾਹੁਲ ਗਾਂਧੀ ਜੀ ਨੇ ਇਹ ਵੀ ਕਿਹਾ ਕਿ ਅਗਰ ਕੋਈ ਐਸੀ ਚੀਜ਼ ਰਹਿ ਗਈ ਹੈ, ਵੀ ਆਰ ਓਪਨ, ਸਾਨੂੰ ਜਲਦੀ ਸੁਝਾਅ ਭੇਜੋ ਈਮੇਲ ਰਾਹੀਂ, ਪੱਤਰ ਰਾਹੀਂ। ਮੈਂ ਇੱਥੇ ਇਹ ਵੀ ਕਹਾਂਗਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵੀ ਤੁਸੀਂ ਸੁਝਾਅ ਭੇਜ ਸਕਦੇ ਹੋ। ਕੋਈ ਐਸੀ ਚੀਜ਼, ਕੋਈ ਐਸਾ ਵਰਗ ਅਗਰ ਜਿਹੜਾ ਰਹਿ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੀ ਗੱਲ ਦਿੱਲੀ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ। ਸਟਿਲ ਵੀ ਆਰ ਓਪਨ। ਇਸ ਪ੍ਰੈਸ ਕਾਨਫਰੰਸ ਦੌਰਾਨ ਚਰਚਾ ਵਿਕਰਮ ਚੌਧਰੀ ਦੀ ਵੀ ਹੋਈ, ਜਿਨ੍ਹਾਂ ਨੇ ਪਿਛਲੇ ਦਿਨੀ ਚੀਫ ਵਿਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਪ੍ਰਤਾਪ ਬਾਜਵਾ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕਈ ਵਾਰ ਕਿਸੇ ਦੀ ਸਿਹਤ ਠੀਕ ਨਹੀਂ ਹੁੰਦੀ, ਅਸੀਂ ਵਿਕਰਮ ਚੌਧਰੀ ਦੇ ਨਾਲ ਉਹਨਾਂ ਕਿਹਾ ਕਿ ਗੱਲ ਕਰਾਂਗੇ, ਇਹ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਉਹਨਾਂ ਕਿਹਾ ਕਿ ਜਦੋਂ ਸੈਸ਼ਨ ਸ਼ੁਰੂ ਹੋਏਗਾ ਅਸੀਂ ਫਿਰ ਉਹਨਾਂ ਨੂੰ ਆਫਰ ਕਰਾਂਗੇ। ਉਹਨਾਂ ਕਿਹਾ ਕਿ ਜੋ ਆਪ 'ਚ ਗਏ ਨੇ ਉਹ ਪੁਰਾਣੀ ਤਨਖਾਹ 'ਤੇ ਵਾਪਸ ਆਉਣ ਲਈ ਤਿਆਰ ਨੇ। ਜਵਾਬ ਤੇ ਗੱਲ ਇਸ ਤਰ੍ਹਾਂ, ਉਹ ਚਿੱਠੀ ਇੱਕ ਲਿਖੀ ਕਿ ਮੈਂ ਅਸਤੀਫਾ ਕਰ ਦਿੱਤਾ, ਉਹਦਾ ਕਾਰਨ ਕੀ ਹੋਇਆ ਅਸਤੀਫੇ ਦਾ,
ਉਹ ਤਾਂ ਸਾਨੂੰ ਕੋਈ ਦੱਸਿਆ ਨਹੀਂ। ਕਦੇ ਦਿਨ 'ਚ ਉਹਨਾਂ ਦਾ ਮੈਂ ਪਤਾ ਕਰੂੰਗਾ ਕਿ ਕਾਰਨ ਕੀ ਹੋਇਆ। ਹੀ ਹੈਜ਼ ਨਾਟ, ਹੀ ਜਸਟ ਸੈਡ ਮੇ ਬੀ ਹੀ ਇਜ਼ ਅਨਵੈਲ। ਕਈ ਵਾਰ ਤਬੀਅਤ ਨਾ ਠੀਕ ਕੋਈ ਬੰਦਾ ਥੋੜ੍ਹੀ ਦੇਰ ਵਾਸਤੇ ਅਸਤੀਫਾ ਕਰ ਦਿੰਦੇ। ਇਹ ਜਿਹੜੀ ਇਹਨਾਂ ਦੀ ਡਿਊਟੀ ਹੈ ਚੌਧਰੀ ਸਾਹਿਬ ਦੀ ਹੁੰਦੀ ਜਦੋਂ ਸਾਡਾ ਸੈਸ਼ਨ ਆਉਣ, ਜਦੋਂ ਸੈਸ਼ਨ ਆਉਣ ਹੋ ਗਿਆ ਇਹਨਾਂ ਨੇ ਫੇਰ ਅਸੀਂ ਇਹਨਾਂ ਨੂੰ ਨਵੀਂ ਪੇਸ਼ਕਸ਼ ਕਰਾਂਗੇ, ਐਕਸੈਪਟ ਕਰ ਲੈਂਦੇ, ਕੋਈ ਐਸੀ ਗੱਲ ਨਹੀਂ। ਆਮ ਆਦਮੀ ਪਾਰਟੀ ਦੇ ਆਪਣੇ ਕੈਂਡੀਡੇਟ ਭੱਜ ਗਏ ਨੇ ਹੱਥ ਛਿਣਾ ਕੇ, ਜਿਹੜੇ ਤੁਰ ਵੀ ਗਏ ਉਹ ਸਾਨੂੰ ਸਿਨਾਹ ਘੱਲਦੇ ਫਿਰਦੇ ਨੇ ਕਿ ਅਸੀਂ ਉਸੇ ਤਨਖਾਹ 'ਤੇ ਕੰਮ ਕਰਨ ਨੂੰ ਤਿਆਰ ਹਾਂ, ਵਾਪਸ ਲੈ ਲਓ ਹੀ ਲੈਂਦੀ ਨੇ। ਔਰ ਆਪ ਦੀ ਗੱਲ ਕਰਦੇ, ਇਹ ਤੇ ਆਪ ਹੁਣ ਮਹੀਨਾ ਡੇਢ ਹੈ, ਪਹਿਲੀ ਤੋਂ ਬਾਅਦ ਆਪ ਰਹਿਣੀ ਸੀ। ਜਵਾਬ ਤੇ ਗੱਲ ਇਸ ਤਰ੍ਹਾਂ, ਉਹ ਚਿੱਠੀ ਇੱਕ ਲਿਖੀ। ਉਧਰ ਰਾਣਾ ਗੁਰਜੀਤ ਸਿੰਘ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਲੋਕ ਸਭਾ ਦੀ ਚੋਣ ਲੜ ਸਕਦੇ ਨੇ, ਯਾਨੀ ਰਾਣਾ ਗੁਰਜੀਤ ਦੇ ਬੇਟੇ ਰਾਣਾ ਇੰਦਰ ਪ੍ਰਤਾਪ। ਉਹਨਾਂ ਕਿਹਾ ਕਿ ਉਹ ਚੋਣ ਲੜ ਸਕਦੇ ਨੇ, ਮੈਂ ਖੁਦ ਉਹਨਾਂ ਦੇ ਲਈ ਆਪਣੇ ਬੇਟੇ ਲਈ ਕੈਂਪੇਨ ਕਰਾਂਗਾ। ਉਹਨਾਂ ਕਿਹਾ ਕਿ ਸੀਟ ਪਾਰਟੀ ਤੈਅ ਕਰੇਗੀ, ਫੈਸਲਾ ਹਾਈ ਕਮਾਨ ਦਾ ਹੈ, ਪਰ ਜਿਹੜੀ ਸੀਟ ਦੇਣਗੇ ਅਸੀਂ ਉੱਥੋਂ ਚੋਣ ਲੜਨ ਲਈ ਤਿਆਰ ਹਾਂ, ਪਰ ਮੇਰੀ ਜਗ੍ਹਾ ਮੇਰਾ ਬੇਟਾ ਇਹ ਚੋਣ ਲੜੇਗਾ। ਪਾਰਲੀਮੈਂਟ ਚੋਣਾਂ 'ਤੇ ਆਪਾਂ ਅੱਜ ਗਏ, ਚਰਚਾ ਬੜੀ ਚੱਲ ਰਹੀ ਹੈ ਕਿ ਕਹਿੰਦੇ ਰਾਣਾ ਜੀ ਤਿਆਰੀ ਕਰ ਰਹੇ ਨੇ, ਕਹਿੰਦੇ ਹੁਣ ਲੋਕ ਸਭਾ ਚੋਣ ਲੜਨੀ ਹੈ। ਇਹ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਚੋਣ ਰਾਣਾ ਇੰਦਰ ਪ੍ਰਤਾਪ ਸਿੰਘ ਲੜਨੇ, ਪੁੱਤਰ ਅਤੇ ਬਾਪੂ, ਬਾਪੂ ਕੰਪੇਅਰ ਕਰੇਗਾ, ਨਾ ਤਾਂ ਬਾਪੂ ਦਾ ਹੀ ਚੱਲਣਾ, ਲੜੇ ਜਿਹੜਾ ਮਰਜ਼ੀ ਨਾ ਆਪਣਾ ਚੱਲੂਗਾ। ਹਲਕੇ ਕਿਹੜੇ ਤੋਂ ਲੜਨਾ, ਹੁਣ ਪਾਰਟੀ ਦੀ ਮਰਜ਼ੀ ਆ, ਤੁਸੀਂ ਕਿਹੜਾ ਚਾਹੁੰਦੇ ਹੋ, ਇੱਦਾਂ ਨਹੀਂ ਤੁਸੀਂ। ਦੋਵਾਂ ਤੇ ਚਰਚਾ ਚੱਲ ਰਹੀ ਆ, ਸ਼੍ਰੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਚੱਲ ਰਹੀ ਆ। ਪਰ ਮੈਨੂੰ ਇਹ ਪਤਾ ਲੱਗਾ ਕਿ ਜਿਹੜਾ ਸਰਵੇ ਕਰਾਇਆ ਗਿਆ ਦੋਵਾਂ 'ਚ ਆਪਣਾ ਨਾਂ ਅੱਗੇ। ਸੋ ਟਿਕਟ ਮੰਗਣ ਦਾ ਹੱਕ ਹਰ ਵਿਅਕਤੀ ਦਾ, ਅਧਿਕਾਰ ਹਰ ਵਿਅਕਤੀ ਦਾ। ਔਰ ਦੇਖੋ, ਮੈਂ ਤਾਂ ਇਹ ਸਮਝਦਾ ਪਾਰਟੀ ਜੁਆਇਨ ਨਹੀਂ, ਉਹ ਸਾਡੀ ਪਾਰਟੀ 'ਚ ਨੇ। ਜਦੋਂ ਬਾਪੂ ਪਾਰਟੀ 'ਚ ਹੈ, ਜਦੋਂ ਰਾਣਾ ਗੁਰਜੀਤ ਸਾਡੀ ਪਾਰਟੀ 'ਚ ਹੈ, ਪਿਓ ਤੋਂ ਪੁੱਤ ਵੱਖਰਾ ਹੋ ਸਕਦਾ? ਮੈਂ ਤੁਹਾਨੂੰ ਪੁੱਛਦਾ, ਪਿਓ ਇੱਕ ਘਰੇ ਰਹਿੰਦਾ, ਪਿਓ ਤੋਂ ਪੁੱਤ ਵੱਖਰਾ ਨਹੀਂ ਹੋ ਸਕਦਾ? ਮੇਰੇ ਕਹਿਣ ਦਾ ਮਤਲਬ, ਨਾ ਨਾ ਉਹ ਕਿਤੇ ਹੋ ਸਕਦਾ ਹੋਣਾ, ਪਰ ਰਾਣਾ ਗੁਰਜੀਤ ਤੇ ਇੰਦਰ ਪ੍ਰਤਾਪ ਸਿੰਘ ਦੀ ਐਸੀ ਕੋਈ ਕਹਾਣੀ ਨਹੀਂ ਹੈ। ਜਿੱਥੇ ਬਾਪ ਕਹੇਗਾ ਉੱਥੇ ਖੜਾ ਹੋ ਜਾਏਗਾ। ਤੇ ਅੱਜ ਆਮ ਆਦਮੀ ਪਾਰਟੀ ਦਾ ਇੱਕ ਵਫਦ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚਿਆ, ਔਰ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਦਿੱਤੀ ਗਈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅਕਾਲੀ ਦਲ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਦਰਅਸਲ ਉਹਨਾਂ ਨੇ ਸੁਖਬੀਰ ਬਾਦਲ ਦਾ ਜ਼ਿਕਰ ਕੀਤਾ, ਜਿੱਥੇ ਬੱਚੇ ਉਹਨਾਂ ਦੀ ਜੀਪ 'ਤੇ ਚੜ੍ਹੇ ਸੀ ਜੋ ਯਾਤਰਾ ਚੱਲ ਰਹੀ ਹੈ ਉਸ ਦੌਰਾਨ। ਔਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਸੁਖਬੀਰ ਬਾਦਲ ਬੱਚਿਆਂ ਤੋਂ ਚੋਣ ਕੈਂਪੇਨ ਕਰਾ ਰਹੇ ਨੇ, ਬੱਚਿਆਂ ਤੋਂ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਜਾ ਰਹੇ ਨੇ, ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੈਂਪੇਨ ਨਹੀਂ ਕਰਵਾਈ ਜਾ ਸਕਦੀ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਨਹੀਂ ਪਰਿਵਾਰ ਬਚਾਓ ਯਾਤਰਾ ਕੱਢ ਰਿਹਾ ਹੈ, ਤਾਂ ਉੱਧਰ ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ 'ਤੇ ਪਲਟਵਾਰ ਕੀਤਾ। ਅਕਾਲੀ ਦਲ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖ ਕੇ ਆਮ ਆਦਮੀ ਪਾਰਟੀ ਬੁਖਲਾ ਗਈ ਹੈ। ਉਹਨਾਂ ਕਿਹਾ ਕਿ ਆਪ ਹੁਣ ਬੱਚਿਆਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਯਾਤਰਾ ਦੇ ਦੌਰਾਨ ਹਰ ਉਮਰ ਦੇ ਹਰ ਵਰਗ ਦੇ ਲੋਕ ਸੁਖਬੀਰ ਬਾਦਲ ਨੂੰ ਮਿਲ ਰਹੇ ਨੇ।
ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਤਾਂ ਅਕਾਲੀ ਦਲ ਵੱਲੋਂ ਵੀ ਆਪ ਦੀ ਸ਼ਿਕਾਇਤ ਤੇ ਸਵਾਲ ਖੜੇ ਕੀਤੇ। ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲਡਰਨ ਦਾ, ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ, ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ, ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ, ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ। ਉੱਥੇ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ, ਇਹ ਨਾਰੇ ਲਵਾਏ ਕਿ ਅਕਾਲੀ ਦਲ ਜ਼ਿੰਦਾਬਾਦ ਕਹੋ, ਬੱਚਿਆਂ ਤੋਂ ਇਹ ਨਾਰੇ ਲਵਾਏ ਕਿ ਅਕਾਲੀ ਦਲ ਜ਼ਿੰਦਾਬਾਦ ਕਹੋ। ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ। ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ, ਬੱਚਿਆਂ ਦਾ ਦੁਰਉਪਯੋਗ ਹੋਇਆ, ਸੋ ਉਹਨਾਂ ਦੇ ਖਿਲਾਫ ਅਸੀਂ ਆ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ। ਮੈਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਬਚਾਓ ਯਾਤਰਾ ਪੰਜਾਬੀਆਂ ਦਾ ਇੱਕ ਮੰਚ ਹੈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਜਾਬੀ ਅਥਾਹ ਪਿਆਰ ਦੇ ਰਹੇ ਨੇ ਔਰ ਯਾਤਰਾ ਦੇ ਦੌਰਾਨ ਅਨੇਕਾਂ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨੇ, ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨੇ, ਉਹਨਾਂ ਨੂੰ ਪੰਜਾਬ ਦਾ ਦਰਦ ਦੱਸਦੇ ਨੇ। ਜੇ ਇਸੇ ਦੌਰਾਨ ਬੱਚੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਦੀ ਗੋਦੀ ਦੇ ਵਿੱਚ ਬੈਠਣਾ ਚਾਹੁੰਦੇ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਉਹ ਬੱਚਿਆਂ ਦੇ ਵਿੱਚ ਪੰਜਾਬ ਦਾ ਭਵਿੱਖ ਦੇਖਦਾ ਅਤੇ ਅਸੀਂ ਆਪਣੇ ਭਵਿੱਖ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਹਾਂ। ਇਹ ਕੋਈ ਆਮ ਆਦਮੀ ਪਾਰਟੀ ਨਹੀਂ, ਉਰੇ ਕੋਈ ਐਮਰਜੈਂਸੀ ਨਹੀਂ, ਬੱਚਿਆਂ ਨੂੰ ਖੁੱਲ੍ਹ, ਬੱਚੇ ਮੰਨ ਕੇ ਸੱਚੇ, ਉਹਨਾਂ ਦਾ ਜੋ ਦਿਲ ਕਰੂ ਉਹ ਕਰਨਗੇ। ਔਰ ਹਰਪਾਲ ਚੀਮਾ ਸਾਹਿਬ ਤਾਂ ਵਕੀਲ ਨੇ, ਇਹਨੂੰ ਤਾਂ ਚਾਈਲਡ ਲੇਬਰ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ, ਫਿਰ ਕਿਉਂ ਝੂਠੀਆਂ ਕੰਪਲੇਟਾਂ ਤੁਸੀਂ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਕਰਦੇ ਹੋ। ਰਾਜਪੁਰਾ ਦੇ ਵਿੱਚ ਸਿਨੇਮਾ ਹਾਲ ਦੇ ਮਾਲਕ ਤੇ ਮੁਕੱਦਮਾ ਹੋਇਆ ਹੈ। ਰਾਜਪੁਰਾ ਦੇ ਵਿੱਚ ਇੱਕ ਸਿਨੇਮਾ ਹਾਲ ਹੈ, ਉਸਦੇ ਪ੍ਰਬੰਧਕਾਂ ਤੇ ਪਰਚਾ ਦਰਜ ਹੋਇਆ ਔਰ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਨੇ। ਦਰਅਸਲ ਥੀਏਟਰ ਦੇ ਵਿੱਚ ਫਿਲਮ ਦੇ ਦੌਰਾਨ ਸਰਕਾਰੀ ਇਸ਼ਤਿਹਾਰ ਚਲਾਉਣ ਦੀ ਸ਼ਿਕਾਇਤ ਮਿਲੀ, ਜਿਸ ਤੋਂ ਬਾਅਦ FIR ਹੋਈ। ਫਿਲਮ ਵਿਚਾਲੇ ਪਰਦੇ ਤੇ ਸਰਕਾਰੀ ਇਸ਼ਤਿਹਾਰ ਚੱਲ ਰਿਹਾ ਸੀ। ਸਿਨੇਮਾ ਦਾ ਮਾਲਕ ਤੇ ਮੈਨੇਜਰ ਇਸ ਤੋਂ ਬਾਅਦ ਦੋਨੇ ਫਰਾਰ ਨੇ। ਚੌਸਰਾਂ ਨੇ ਪੜਤਾਲ ਕਰਨ ਤੋਂ ਬਾਅਦ ਮੁਕਦਮਾ ਦਰਜ ਕੀਤਾ ਧਾਰਾ 177 188 IPC ਤਹਿਤ। ਇੱਥੇ ਪ੍ਰੇਮ ਸਿਨੇਮਾ ਦੇ ਵਿੱਚ ਪਿਕਚਰ ਚੱਲ ਰਹੀ ਸੀ, ਜਿਸ ਦੇ ਵਿੱਚ ਕੋਈ ਐਡ ਆਈ ਜੋ ਕਿਸੇ ਪਾਰਟੀ ਦੇ ਪੱਖ 'ਚ ਸੀ, ਉਹਨੂੰ ਮਾਰ ਤੇ ਕਿਸਾਨ ਜਥੇਬੰਦੀਆਂ ਨੇ ਇੱਕ ਸਵਾਲਾਂ ਦੀ ਲੰਬੀ ਚੌੜੀ ਸੂਚੀ ਤਿਆਰ ਕੀਤੀ ਹੈ, ਜੋ ਸਵਾਲ BJP ਦੇ ਉਮੀਦਵਾਰਾਂ ਦੇ ਸਾਹਮਣੇ ਰੱਖੇ ਜਾਣਗੇ। BJP ਦੇ ਉਮੀਦਵਾਰ ਚੋਣ ਪ੍ਰਚਾਰ 'ਚ ਜਾਣਗੇ ਤਾਂ ਕਿਸਾਨ ਉਹਨਾਂ ਨੂੰ ਸਵਾਲ ਕਰਨਗੇ। SKM ਨੇ 11 ਸਵਾਲਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਦੇ ਵਿੱਚ ਕਿਸਾਨ ਅੰਦੋਲਨ 'ਚ ਪੁਲਿਸ ਕਾਰਵਾਈ ਨੂੰ ਲੈ ਕੇ ਸਵਾਲ ਨੇ, MSP ਦੀ ਗਰੰਟੀ ਨੂੰ ਲੈ ਕੇ ਸਵਾਲ ਨੇ, ਸਵਾਮੀਨਾਥਨ ਰਿਪੋਰਟ ਤੋਂ ਲੈ ਕੇ ਖੇਤੀ ਦੇ ਤਮਾਮ ਮੁੱਦਿਆਂ ਨੂੰ ਲੈ ਕੇ ਸਵਾਲ ਨੇ। SKM ਨੇ ਪੁੱਛਿਆ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ 'ਚ ਦਿੱਕਤ ਕੀ ਹੈ। ਉਹਨਾਂ ਕਿਹਾ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ, ਕੋਈ ਵੀ ਇਸ ਤਰੀਕੇ ਦਾ ਮਾਹੌਲ ਖਰਾਬ ਨਾ ਹੋਵੇ। ਉਹਨਾਂ ਕਿਹਾ ਕਿ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਤੱਕ 'ਤੇ ਅਸੀਂ ਫਲੈਕਸ ਲਾਵਾਂਗੇ। ਇੱਕ ਤਾਂ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਪਿੰਡਾਂ ਵਾਲਿਆਂ ਨੂੰ
ਇਹ ਜਿਹੜਾ ਕੁਐਸਚਨੇਅਰ ਤਿਆਰ ਕੀਤਾ ਹੈ, ਇਹ ਤਾਂ ਇੱਕ ਤਾਂ ਸਾਰੇ ਪਿੰਡ ਹਰ ਪਿੰਡ ਦੇ ਵਿੱਚ ਜਿਹੜੇ ਪਿੰਡ ਦੀ ਐਂਟਰੀ ਪੁਆਇੰਟ ਨੇ ਜਿਹੜੇ ਉੱਥੇ ਇਹਦੀਆਂ ਫਲੈਕਸਾਂ ਬਣਾ ਕੇ ਲਾ ਦਿੱਤੀਆਂ ਜਾਣ। ਦੂਸਰਾ ਸਭ ਤੋਂ ਵੱਡੀ ਗੱਲ, ਪੀਸਫੁੱਲ ਰਿਹਾ ਜਾਏ, ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ, ਸਾਡੀ ਨੀਤੀਆਂ ਦੀ ਲੜਾਈ ਹੈ। ਭਾਜਪਾ ਵਾਲੇ ਚਾਹੁਣਗੇ ਵੀ ਕਨਫਰੰਟੇਸ਼ਨ ਹੋਵੇ, ਅਸੀਂ ਕਿਸੇ ਕੀਮਤ 'ਤੇ ਕਨਫਰੰਟੇਸ਼ਨ ਨਹੀਂ ਕਰਨੀ ਸਾਡੇ। ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਬਰਿੰਦਰ ਸਿੰਘ ਦੀ ਘਰ ਵਾਪਸੀ ਹੋਈ ਹੈ। ਬੀਜੇਪੀ ਛੱਡ ਕੇ ਵਾਪਸ ਉਹ ਕਾਂਗਰਸ ਦੇ ਵਿੱਚ ਆਏ ਨੇ। ਦਿੱਲੀ 'ਚ ਕਾਂਗਰਸ ਦਫ਼ਤਰ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ। ਉਹਨਾਂ ਦੇ ਧਰਮ ਪਤਨੀ ਪ੍ਰੇਮ ਲਤਾ ਵੀ ਨਾਲ ਮੌਜੂਦ ਸੀ। ਉਹਨਾਂ ਨੇ ਵੀ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਨੇ ਕਿਹਾ ਹੈ ਕਿ ਚੌਧਰੀ ਬਰਿੰਦਰ ਦੀ ਘਰ ਵਾਪਸੀ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਔਰ ਚੌਧਰੀ ਬਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ 'ਚ ਵਾਪਸੀ ਨਹੀਂ, ਇਹ ਵਿਚਾਰਧਾਰਾ ਦੀ ਵਾਪਸੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਹੁਣ ਜਾਗਣਾ ਹੀ ਹੋਏਗਾ। ਨਾਲ ਉਹਨਾਂ ਇਹ ਵੀ ਕਿਹਾ ਕਿ ਮੈਂ ਬੀਜੇਪੀ ਲਈ ਕਦੇ ਵੀ ਗਲਤ ਬਿਆਨਬਾਜ਼ੀ ਨਹੀਂ ਕਰਾਂ। ਰਾਜਨੀਤੀ ਮੈਂ ਬੜੇ ਬੜੇ ਹੈ ਧੁਰੰਦਰ, ਅਬ ਕਾਂਗਰਸ ਮੈਂ ਸ਼ਾਮਿਲ ਹੋ ਗਏ ਹੈ ਚੌਧਰੀ ਬਰਿੰਦਰ। ਸਰ ਬਹੁਤ ਬਹੁਤ ਸ਼ੁਭਕਾਮਨਾਏ, ਕਾਂਗਰਸ ਮੈਂ ਸ਼ਾਮਿਲ ਹੋਏ, ਕਿਸ ਤਰੀਕੇ ਸੇ ਦੇਖਤੇ ਹੈ ਔਰ ਕਿਆ ਰਣਨੀਤੀ ਅਬ ਰੋਡ ਮੈਪ ਰਹਿਣੇ ਵਾਲਾ ਹੈ ਲੋਕ ਸਭਾ ਚੁਣਾਵ ਸੇ ਪਹਿਲੇ, ਯੇ ਬੜਾ ਕਦਮ ਕਿਸ ਰੂਪ ਮੈਂ ਆਪ ਦੇਖੇਂਗੇ। ਸਬਸੇ ਪਹਿਲੇ ਤੋ ਆਪਕਾ ਧੁਰੰਦਰ ਔਰ ਬਰਿੰਦਰ ਜੋ ਬਾਤ ਕਹੀ ਹੈ ਉਸਸੇ ਹੀ ਆਪ ਅੰਦਾਜ਼ਾ ਲਗਾ ਕਿਤਨੀ ਕਿਤਨੀ ਬੜੀ ਸ਼ਕਤੀ ਕੇ ਰੂਪ ਮੈਂ ਕਾਂਗਰਸ ਆਗੇ ਬੜੇਗੀ ਔਰ ਯੇ ਸਭੀ ਕਾਰਜਕਰਤਾਓਂ ਕੇ ਪਰਿਣਾਮ ਹੈ। ਜਬ ਵੀ ਕਾਰਜਕਰਤਾ ਸ਼ਿਥਿਲ ਹੋਗਾ ਅੱਛੇ ਪਰਿਣਾਮ ਨਹੀਂ, ਕਾਰਜਕਰਤਾ ਮਜ਼ਬੂਤੀ ਸੇ ਕਦਮ ਆਗੇ ਬੜਾਏਗਾ ਤੋ ਅੱਛੇ ਪਰਿਣਾਮ ਹੋਗੇ। ਔਰ ਹਰਿਆਣਾ ਮੈਂ ਆਉਣ ਵਾਲਾ ਜੋ ਚੁਣਾਵ ਹੈ ਲੋਕ ਸਭਾ ਕਾ, ਉਸਮੇ ਮੇਰਾ ਆਪਣਾ ਇਹ ਮਾਨਣਾ ਹੈ ਪਿਛਲੇ ਇੱਕ ਡੇਢ ਮਹੀਨੇ ਸੇ ਬਹੁਤ ਬੜੇ ਸਤਰ ਪੇ ਜੋ ਇੱਕ ਹਵਾ ਚੱਲ ਰਹੀ ਥੀ, ਇੱਕ ਐਟਮੋਸਫੀਅਰ ਥਾ ਭਾਜਪਾ ਕੇ ਪਕਸ਼ ਮੈਂ, ਉਹ ਅਬ ਉਸਨੇ ਆਪਣੀ ਦਿਸ਼ਾ ਬਦਲ ਦੀ ਹੈ ਔਰ ਦਿਸ਼ਾ ਵੀ ਭਾਜਪਾ ਕੇ ਕਾਰਿਆਕਲਾਪ ਸੇ ਬਦਲੀ ਗਈ ਹੈ। ਕਾਂਗਰਸ ਕਾ ਅਗਰ ਆਪਕੋ ਕਾਂਗਰਸ ਕੇ ਬੈਂਕੋਂ ਕੇ ਅਕਾਊਂਟ ਸੀਲ ਕਰਨੇ ਥੇ ਤੋ ਸਾਲ ਭਰ ਪਹਿਲੇ ਕਰਤੇ ਯਾ ਚੁਣਾਵ ਹੋਣੇ ਕੇ ਬਾਅਦ ਕਰਤੇ, ਲੇਕਿਨ ਜਿਸ ਤਰ੍ਹਾਂ ਕਾਂਗਰਸ ਕੇ ਬੈਂਕੋਂ ਕੇ ਖਾਤੇ ਬੰਦ ਕੀਏ ਗਏ ਉਸਸੇ ਆਮ ਜਨ ਸਾਧਾਰਨ ਮੈਂ ਇਹ ਹੈ ਕਿ ਇਹ ਤਾਂ ਬਹੁਤ ਬੜੀ ਜਾਤੀ ਹੈ। ਇਸੀ ਪ੍ਰਕਾਰ ਸੇ ਜੋ ਇਲੈਕਟਰਲ ਬੌਂਡ ਥੇ ਉਹਨਾਂ ਵੀ ਸਾਬਿਤ ਕਰ ਦਿਆ ਕਿ ਜਿਤਨਾ ਬੜਾ ਘਪਲਾ ਔਰ ਉਹ ਵੀ ਇਸਕੀ ਨਈ ਤਕਨੀਕ ਸੇ, ਯਾਨੀ ਇਨਫੋਰਮੇਸ਼ਨ ਟੈਕਨੋਲੋਜੀ ਮੈਂ ਤਕਨੀਕ ਵੀ ਬਦਲਦੀ ਰਹਿੰਦੀ ਹੈ, ਜਿਸ ਤਰੀਕੇ ਸੇ ਉਹਨਾਂ ਇਲੈਕਟਰਲ ਬੌਂਡ ਕੋ ਇੱਕ ਐਸੀ ਸੰਸਥਾ ਬਣਾ ਲਿਆ ਜਿਸਸੇ ਕਿ ਉਹ ਕਿਸੀ ਪੇ ਦਬਾਅ ਡਾਲੇ ED ਕੇ ਮਾਧਿਅਮ ਸੇ, CBI ਕੇ ਮਾਧਿਅਮ ਸੇ, ਇਨਕਮ ਟੈਕਸ ਕੇ ਮਾਧਿਅਮ ਸੇ ਔਰ ਫਿਰ ਉਨੀ ਸੇ ਇਲੈਕਟਰਲ ਬੌਂਡ ਖਰੀਦਵਾ ਦੇ ਔਰ ਫਿਰ ਉਹ ਖੁਦ ਬੀਜੇਪੀ ਖਰੀਦ ਲੇ। ਇਸਸੇ ਬੜਾ ਨਏ ਕਿਸਮ ਕਾ ਭ੍ਰਿਸ਼ਟਾਚਾਰ ਮੈਨੇ ਨਹੀਂ।